ਤੁਸੀਂ ਜਿਹੜੇ ਭਾਈ ਸੁਣਦੇ ਹੋ ਤੇ ਵੇਖਦੇ ਹੋ ਤੇ ਤੁਸੀਂ ਨਾ ਪੂਰਾ ਡਾਇਗਰਾਮ ਪਹਿਲਾਂ ਬਣਾਉਂਦੇ ਹੋ ਨਕਸ਼ਾ ਬਣਾਉਂਦੇ ਹੋ ਪੂਰਾ ਇੱਕ ਗੱਲ ਨੂੰ ਸੋਚਦੇ ਹੋ ਹਜ਼ਾਰ ਵਾਰੀ ਕਿ ਯਾਰ ਇਹ ਕੰਮ ਹੋਣਾ ਹੈ ਕਿ ਨਹੀਂ ਹੋਣਾ ਤੇ ਭਾਈ ਇੰਜ ਤੇ ਫਿਰ ਕੋਈ ਕੰਮ ਹੀ ਨਹੀਂ ਨਾ ਹੁੰਦਾ ਕੋਈ ਅੱਲਾ ਤਵੱਕਲ ਕਰੀਦਾ ਹੈ ਕੋਈ ਦੂਸਰਿਆਂ ਭਾਈਆਂ ਨੂੰ ਵੇਖ ਕੇ ਸ਼ੁਰੂ ਕਰੀਦਾ ਹੈ ਤੇ ਫਿਰ ਇਹ ਕਾਰੋਬਾਰ ਬਿਜ਼ਨਸ ਹੀ ਲੋਕ ਕਰਦੇ ਜਿਹੜਾ ਬੰਦਾ ਸਾਰਾ ਘਰ ਬਹਿ ਕੇ ਪੂਰਾ ਆਈਡੀਆ ਲਾਇਆ ਜੀ ਅੱਜ ਤੂੰ 2 ਮਹੀਨੇ ਬਾਅਦ ਮੈਂ ਕਮਾਵਾਂਗਾ ਕਿ ਨੁਕਸਾਨ ਕਰਾਂਗਾ ਬੋਤੇ ਫਿਰ ਸ਼ੁਰੂ ਹੀ ਨਾ ਕਰਦਾ ਰਿਸਕ ਹੀ ਲੈਣਾ ਹੁੰਦਾ ਹੈ ਅੱਲਾ ਦੇ ਆਸਰੇ ਤੇ ਸ਼ੁਰੂ ਕਰਦੇ ਨੇ ਤੇ ਕਾਰੋਬਾਰ ਫਿਰ ਛਾ ਜਾਂਦੇ ਨੇ ਐਸੀ ਤਰ੍ਹਾਂ ਪੜਾਈਏ ਬੋਤਾ ਨਾ ਸੋਚਿਆ ਕਰੋ ਨਿੱਕੀ ਨਿੱਕੀ ਗੱਲ ਪਿਆ ਸੋਚਣਾ ਕਿ ਸਰ ਜੀ ਮੈਂ ਕਰ ਲਾਂਗਾ ਮੇਰੇ ਕੋਲ ਪੇ ਪੁੱਛਦੇ ਨੇ ਸਰ ਜੀ ਮੈਨੂੰ ਜ਼ੁਬਾਨ ਨਹੀਂ ਆਉਂਦੀ ਮੈਂ ਕਰ ਲਾਂਗਾ ਮੈਂ بار بار ਕਹਿਣਾ ਜੀ ਕਰ ਲੋਗੇ ਆਖਰ ਇੰਨਾ ਜ਼ਿਆਦਾ ਕਹਿੰਦੇ ਨੇ ਫਿਰ ਮੇਰਾ ਦਿਲ ਕਰਦਾ ਵੀ ਇਹਨਾਂ ਨੂੰ ਅੱਖ ਕਸਮ ਚੁੱਕਾਂ ਵੀ ਆਹੋ ਅੱਲਾ ਦੀ ਕਸਮ ਤੂੰ ਕਰ ਲਏਗਾ ਐਵੇਂ ਕਿਉਂ ਟੈਨਸ਼ਨ ਲੈਂਦੇ ਹੋ ਆਪਣੇ ਭਾਈਆਂ ਨੂੰ ਵੇਖੋ ਹਰ ਦੋਸਤ ਦੇ ਦਾਇਆਂ ਬائیں 1 2 3 4 ਜੀ ਤੁਹਾਡਿਆਂ ਦੋਸਤਾਂ ਨੇ ਕੀਤੇ ਹੋਣੇ ਨਲਸੈਂਸ ਬਸ ਉਹਨਾਂ ਨੂੰ ਵੇਖੋ ਤੇ ਨਾਰਾ ਮਾਰੋ ਉਮਰ ਦਾ ਵੀ ਕੋਈ ਤਕਾਜ਼ਾ ਨਹੀਂ ਐਸ ਜੰਗ ਮੁੜੇ ਵੀ ਕਰਦੇ ਨੇ ਪੇ ਔਰ ਜ਼ਿਆਦਾ ਏਜੜ ਵੀ ਕਰਦੇ ਨੇ ਪੇ ਔਰ ਲੇਡੀਜ਼ ਕਰਦੀਆਂ ਨੇ ਪਿਆ ਪਾਕਿਸਤਾਨ ਤੋਂ ਆਈਆਂ ਜੀ 2 ਮਹੀਨੇ ਵੀ ਨਹੀਂ ਹੋਇਆ ਆਉਂਦੇ ਆਇਆਂ ਤੇ ਨਲਸੈਂਸ ਉਹਨਾਂ ਦੇ ਘਰਦਿਆਂ ਨੇ ਸ਼ੁਰੂ ਕਰਾਤਾ ਉਹਨਾਂ ਨੂੰ ਕਿੰਨੀ ਤੋਂ ਜ਼ੁਬਾਨ ਆ ਗਈ ਈਵਨ ਕੇ ਇੰਡੀਆ ਬੈਠ ਕੇ ਦੋ ਦੋ ਤਿੰਨ ਲੇਡੀਆਂ ਨੇ ਪਿਛਲੇ ਆਹ ਮਹੀਨਿਆਂ ਚ ਪਾਸ ਹੋ ਗਏ ਨੇ ਆਂਡੀਆਂ ਬੈਟ ਕਿਉਂ ਨਾ ਪੜਾਈ ਸ਼ੁਰੂ ਕਰ ਲਈ ਉਹਨਾਂ ਦੇ ਹਸਬੰਦ ਨੇ ਦਾਖਲਾ ਕਰਾ ਦਿੱਤਾ ਇੱਥੇ ਆਂਦੇ ਹੀ ਉਹਨਾਂ ਨੇ ਧਿਆਨ ਦਿੱਤਾ ਤੇ ਪਾਸ ਹੋ ਗਈਆਂ ਉਹਨਾਂ ਨੂੰ ਕਿੰਨੀ ਕੁ ਜ਼ੁਬਾਨ ਆਉਂਦੀ ਜ਼ੁਬਾਨ ਦਾ ਕੋਈ ਐਡਾ ਕੰਮ ਨਹੀਂ ਦੱਸਿਆ ਨਾ ਚੰਦ ਲਫ਼ਜ਼ਾਂ ਦੀ ਖੇਡ ਹੈ ਉਹ ਵਿੱਚ ਵੜੋਗੇ ਤੇ ਇਨਸ਼ਾਅੱਲਾ ਸਿੱਖ ਜਾਓਗੇ